ਸਾਹਮਣੇ ਆਵੀ ਦੱਸੀ ਉਹਨਾਂ ਨੂੰ ਕਿ ਮੈਂ ਦੰਦਾਂ ਨਾਲ ਪਰਾਤ ਚੁੱਕ ਲੈਣੀ ਆ। ਅੱਗੇ ਵੀ ਸਰ ਮੇਰੀ ਵੀਡੀਓ ਵਾਇਰਲ ਹੋਈ ਸੀ। ਇਹ ਵੀ ਦੱਸੀ ਉਹਨਾਂ ਨੂੰ ਕਿ ਮੈਂ ਦੰਦਾਂ ਨਾਲ ਟੂਟੀ ਵੀ ਖੋਲ ਲੈਣੀ ਆ, ਮੈਂ ਦੰਦਾਂ ਨਾਲ ਅੱਧਾ ਪਲੰਬਿੰਗ ਦਾ ਕੰਮ ਸਿੱਖਿਆ, ਇਹ ਸਾਰਾ ਕੁਝ ਦੱਸੇਗੀ ਤੇ ਮੀਡੀਆ ਚ ਆ ਜਾਏਗੀ ਤੂੰ। ਮੈਂ ਅੱਗੇ ਸਰ ਹਿੱਟ ਹੋ ਜਾਏਗੀ, ਹੋ ਸਕਦਾ ਸਰਕਾਰ ਤੈਨੂੰ ਸਿੱਧਾ ਡੀਐਸਪੀ ਤੋਂ ਕੁਝ ਵੱਡਾ ਤੈਨੂੰ ਬਣਾ ਦੇਣ। ਸਰ ਮੈਂ ਮੀਡੀਆ ਚ ਆ ਕੇ ਕਹਣਾ, ਮੈਂ ਤਾਂ ਟੀਵੀ ਤੇ ਆਈ ਹੋਈ ਆ। ਕਿਤੇ ਆਈ ਹੋਈ? ਟੀਵੀ ਤੇ। ਇਹ ਪਤਾ ਕਰਾ ਤੈਨੂੰ ਟੀਵੀ ਵੀ ਆਇਆ ਹੋਇਆ ਕਿਤੇ ਨਾ ਕਿਤੇ, ਇਹ ਜਿਹੜੇ ਤੈਨੂੰ ਐਲਸੀਡੀਆਂ ਟੀਵੀਆਂ ਜਿਹੜੀਆਂ ਵਾਕਮੈਨ ਸਾਰੇ ਜਿਹੜੇ ਤੈਨੂੰ ਆਉਂਦੇ ਨਾ ਉਹਨਾਂ ਦਾ ਸਾਰਿਆਂ ਦਾ ਪਤਾ ਮੈਨੂੰ। ਹਾਏ ਸਰ ਮੈਂ ਟੀਵੀ ਦੇ ਵਿੱਚ ਸੱਚੀ ਆਈ ਹੋਈ ਆ। ਇਹ ਇੱਕ ਮਿੰਟ ਜਰਾ ਹੋਲਡ ਕਰਿਓ ਸੁਖਦੇਵ ਜੀ, ਜਰਾ ਗੱਲ ਕਰ ਲਵਾਂ। ਹੈ ਟੀਵੀ ਦੇ ਵਿੱਚ ਸੱਚੀ ਆਈ ਹੋਈ ਆ ਮੈਂ? ਕਿਹੜੇ ਟੀਵੀ 'ਚ ਆਈ ਆ? ਹਾਏ ਸਰ ਇੱਕ ਵਾਰੀ ਮੈਂ ਪਰਸ ਚੁੱਕਦੀ ਪਈ ਸੀ, ਸੀਸੀਟੀਵੀ ਦੇ ਵਿੱਚ ਆ ਗਈ ਤੇ ਬੜੀ ਮੇਰੀ ਵੀਡੀਓ ਵਾਇਰਲ ਹੋਈ, ਬੜੀ ਮਸ਼ਹੂਰ ਹੋਈ। ਹੁਣ ਇਹਨੇ ਕਵਰ ਪਾਉਣ ਵਾਸਤੇ ਕਹਿਣਾ ਕਿ ਮੈਂ ਪਰਸ ਆਪਣਾ ਚੁੱਕ ਰਹੀ ਸੀ ਥੱਲੋਂ। ਨਹੀਂ ਸਰ, ਹੈ ਤਾਂ ਕਿਸੇ ਦਾ ਹੀ ਸੀ। ਅੱਛਾ ਚੋਰੀ ਕਰ ਰਹੀ ਸੀ ਤੂੰ? ਹੋਰ ਦੱਸ, ਪੁਲਿਸ ਤੇ ਅੱਗੇ ਤੈਨੂੰ ਪਤਾ ਕਿੰਨੀਆਂ ਗੱਲਾਂ ਬਣਦੀਆਂ ਤੇ ਤੇਰੇ ਵਰਗੀਆਂ ਆਪ ਹੀ ਆਪਣੇ ਮੂੰਹੋਂ ਦੱਸੀ ਜਾਂਦੀ। ਸਰ ਫਿਰ ਉਦੋਂ ਮੈਂ ਪੁਲਿਸ 'ਚ ਨਹੀਂ ਸੀ, ਪਰ ਪੁਲਿਸ ਥੋੜੀ ਬਦਨਾਮ ਹੋਈ। ਹਾਂ ਫਿਰ ਤਾਂ ਇਨਸਾਨ, ਆਮ ਇਨਸਾਨ ਬਦਨਾਮ ਹੋਇਆ। ਤੂੰ ਉਦੋਂ ਪੁਲਿਸ 'ਚ ਹੈ ਨਹੀਂ ਸੀ। ਹਾਂਜੀ ਸਰ, ਆਮ ਬੰਦਾ ਬਦਨਾਮ ਹੋਇਆ। ਹਾਂਜੀ ਸਰ, ਉਸ ਟਾਈਮ ਨਾਲੇ ਤੂੰ ਬੰਦਾ ਸੀ ਕਿ ਇਹੀ ਕੱਪੜੇ ਸੀ, ਮਤਲਬ ਏਦਾਂ ਹੀ? ਸਰ ਉਦੋਂ ਫਿਰ ਨਾਰਮਲ ਕੁੜੀ ਸੀਗੀ ਮੈਂ ਫਿਰ। ਅੱਛਾ ਨਾਰਮਲ ਸੀ, ਮਤਲਬ ਇਹੀ ਕੱਪੜਿਆਂ 'ਚ, ਮਤਲਬ ਅੱਛਾ ਕੱਪੜੇ ਦੂਸਰੇ ਸੀ। ਹਾਂਜੀ, ਜਿਸ ਤਰ੍ਹਾਂ ਦੇ ਪਾ ਕੇ ਇਹੀ? ਹਾਂਜੀ ਹਾਂਜੀ ਸਰ। ਜੇ ਤੂੰ ਉਹੋ ਜਿਹੇ ਕੱਪੜੇ ਪਾ ਕੇ ਮੌਲ ਜਾਂਦੀ ਤਾਂ ਛੇੜਦੇ ਨਹੀਂ ਮੁੰਡੇ? ਸਰ ਛੇੜਦੇ ਫਿਰ ਮੈਂ, ਫਿਰ ਹੈ ਵੀ ਫਿਰ ਛੇੜਨ ਵਾਲੀ ਚੀਜ਼ ਆ ਨਾ ਫਿਰ ਮੈਂ। ਨਹੀਂ ਉਦਾਂ ਨਹੀਂ ਨਾ ਛੇੜਨ ਵਾਲੀ ਚੀਜ਼, ਤੇਰੇ ਨਾਲ ਦੇਖ ਕੇ ਤੇ ਦਿਲ ਕਰਦਾ ਰੇਤਾ ਸੁੱਟ ਦੇ ਬੰਦਾ ਤੇਰੇ ਤੇ। ਹਾਏ ਸਰ ਕਿਤੇ ਕਿਤੇ ਤਾਂ ਛੇੜਦੇ, ਮੈਂ ਕਿਹਾ ਛੇੜ ਲੈਂਦੇ, ਕਦੀ ਕਦੀ ਤੇ ਛੇੜਦੇ ਹੁੰਦੇ ਆ। ਵਾਹ ਵਾਹ, ਉਹਨਾਂ ਨੂੰ ਨਾ ਪਤਾ ਕਿ ਤੂੰ ਪਹਿਲੇ ਛੇੜੀ ਛੜਾਈ ਹੈ। ਸਰ ਉਹ ਤਾਂ ਕਿਸੇ ਨੇ ਛੇੜੀ ਹੈ ਤੇ ਕਿਸੇ ਨੇ ਛੜਾਈ ਹੈ। ਸਰ ਉਹ ਤਾਂ ਫਿਰ ਤੁਹਾਨੂੰ ਪਤਾ ਬ੍ਰੇਕਅਪ ਹੁੰਦੇ ਰਹਿੰਦਾ ਆ ਕਦੀ ਕਦੀ। ਵਾਹ ਵਾਹ ਵਾਹ, ਬ੍ਰੇਕਅਪ ਤੇ ਤੈਨੂੰ ਗਾਣਾ ਨਹੀਂ ਆਉਂਦਾ ਕੋਈ? ਸਰ ਹਾਂਜੀ ਆਉਂਦਾ। ਸੁਣਾ ਜਰਾ। ਮੇਰੇ ਸਈਆਂ ਜਿਸੇ ਅੱਜ ਮੇਰਾ ਬ੍ਰੇਕਅਪ ਹੋ ਗਿਆ, ਆਹੀ ਹੁੰਦਾ ਸਰ। ਇਹ ਗਾਣਾ ਹੁੰਦਾ ਜਦ ਬ੍ਰੇਕਅਪ ਹੀ ਹੋਗਾ ਫਿਰ ਗਾਣਾ ਕਾਹਦਾ ਸਰ? ਜੇ ਇਹ ਬੰਦਾ ਤੇਰੇ ਘਰ ਆ ਗਿਆ ਨਾ ਜਿਹੜਾ, ਜਿਹਨੇ ਗਾਣਾ ਗਾਇਆ, ਹਾਂਜੀ, ਉਹਨੂੰ ਤੈਨੂੰ ਦੱਸ ਦੇਣਾ ਕਿ ਮੈਂ ਉਹਨੇ ਕਿੱਦਾਂ ਗਾਇਆ ਗਾਣਾ। ਕਿੱਦਾਂ ਗਾਇਆ? ਇੱਕ ਲਾਈਨ ਗਾ ਕੇ ਤੇ ਤੂੰ ਬੜੀ ਹੁਸ਼ਿਆਰ ਬਣਨ ਦੀ। ਸਰ ਮੈਂ ਰਿੰਗਟੋਨ ਦੱਸੀ ਆ, ਸੈਂਪਲ ਦਿੱਤਾ ਮੈਂ ਸਰ। ਅੱਛਾ ਸੈਂਪਲ ਦਿੱਤਾ? ਹਾਂਜੀ ਸਰ। ਆਪਣੇ ਮੂੰਹ ਦਾ ਵੀ ਸੈਂਪਲ ਦਿਖਾ, ਤੁਹਾਡੇ ਅਰਕੇ ਕਾਫੀ ਫਿਰਦੇ ਇਦਾਂ। ਸਰ ਮੈਂ ਨਾ ਇੱਕੋ ਬਣਾਈ ਆ, ਮਤਲਬ ਕਰਦਾ ਨੇ ਬੜੀ, ਮਤਲਬ ਕਹਿੰਦੇ ਨਾ ਤਸੱਲੀ ਨਾਲ, ਮਤਲਬ ਪਰਮਾਤਮਾ ਨੇ ਹਾਂਜੀ ਆਰਾਮ ਨਾਲ ਬਣਾ ਕੇ ਭੇਜਿਆ ਮੈਨੂੰ। ਚਾਰ ਪੰਜ ਛੁੱਟੀਆਂ ਲੈ ਕੇ? ਨਹੀਂ ਸਰ, ਪਰਮਾਤਮਾ ਉਹਨਾਂ ਨੂੰ ਕਾਹਤੋਂ ਛੁੱਟੀਆਂ ਦੀ ਲੋੜ ਆ, ਓਏ ਘਰਦਿਆਂ ਨੂੰ ਤੇ ਹੈਗੀ ਨਹੀਂ। ਹੈਲੋ, ਸਤਿ ਸ਼੍ਰੀ ਅਕਾਲ ਪਾਲੀ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਸੁਖਦੇਵ ਜੀ? ਠੀਕ ਆ ਜਨਾਬ। ਕੀ ਹੋਇਆ ਮਾਰੇ, ਬੜੇ ਸੀਰੀਅਸ ਹੋ? ਆਈ ਲਵ ਯੂ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸੁਖਦੇਵ ਵੀਰ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਤੁਹਾਡਾ ਬੋਲਣ ਸੁਣਨ ਚਿਹਰਾ ਲੱਗ ਰਿਹਾ ਹੈ। ਵੀਰ ਜੀ ਤੁਹਾਡਾ ਮੈਂ ਵੇਖਿਆ ਹੀ ਨਹੀਂ, ਤੁਸੀਂ ਵੀ ਵਿਖਾਓ ਨਾ। ਤੁਹਾਡਾ ਚਿਹਰਾ ਐ ਲੱਗ ਰਿਹਾ ਜਿਸ ਤਰ੍ਹਾਂ ਕਸ਼ਮੀਰ ਦਾ ਐਪਲ ਹੁੰਦੇ ਹੋ ਤੁਸੀਂ। ਆ ਹਾ 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 ਹਾ, ਤੁਸੀਂ ਇਸ ਗੱਲ ਤੇ ਮੈਨੂੰ ਅੱਛਾ ਐਪਲ ਹੁੰਦੇ ਹੋ, ਬੜਾ ਸੋਹਣਾ ਚਿਹਰਾ ਲੱਗਦਾ ਤੁਹਾਡਾ, ਕਾਂਟੇ ਗੁਲਾਬੀ ਰੰਗ ਦੇ ਪਾਏ ਆ। ਹਾ ਹਾ, ਕਸ਼ਮੀਰੀ ਕਸ਼ਮੀਰੀ ਸੇਬ ਦੀ ਗੱਲ ਕੀਤੀ ਹੈ ਤੇ ਮੈਨੂੰ ਦੋ ਲੈਣਾ ਯਾਦ ਆ ਗਈਆਂ। ਹਾਂਜੀ ਸਰ, ਬਹੁਤ ਸੋਹਣੀਆਂ ਲੈਣਾ ਸੀ ਕਿ ਹੋ ਅੰਬਰਾਂ ਦਾ ਚੰਨ ਗੋਰੀ ਐ ਨੀ ਤੂੰ ਤੋੜ ਕੇ ਨੀ ਕੋਕੇ ਚ ਜੜਾ ਲਿਆ, ਹੋ ਮੁੰਡਿਆਂ ਨੂੰ ਭੈਣ ਗੱਛੀਆਂ ਜਦੋਂ ਜੋੜਾ ਚਾਂਜਰਾਂ ਦੇ ਪੈਰਾਂ ਵਿੱਚ ਪਾ ਲਿਆ, ਹੋ ਦਿਲ ਕਰੇ ਟੱਚ ਕਰ ਲਾ। ਕਰ ਲਓ ਬੇਟਾ, ਤੈਨੂੰ ਨੀ, ਤੈਨੂੰ ਤੇਰੇ ਨਾਲ ਜਾ ਟੱਚ ਕਰਨਾ ਹੋਇਆ ਮੈਂ ਕੂੜੇ ਦੇ ਢੇਰ ਨੂੰ ਨਾ ਹੱਥ ਪਾ ਲਵਾਂ। ਸੁਣ, ਹੋ ਚਿੱਤ ਕਰੇ ਟੱਚ ਕਰ ਲਾ, ਰੈਡ ਸੇਬ ਕਸ਼ਮੀਰੀ ਜਿਹੀ ਚਿਕਨੀ। ਹੈ ਕੈਸੀ ਗੱਲ ਆ ਬੰਦੇ ਨੇ ਲਿਖੀ ਹੈ, ਰੈਡ ਸੇਬ ਕਸ਼ਮੀਰੀ ਜਿਹੀ ਚਿਕਨੀ, ਨਾ ਹੋ ਜੀ ਕਿਤੇ ਬੈਣ ਕੁੜੀਏ, ਨਾ ਹੋ ਜੀ ਕਿਤੇ ਬੈਣ ਕੁੜੀਏ, ਤੇਰੇ ਨਾਂ ਤੇ ਆਸ਼ਿਕਾਂ ਨੇ ਪਾਉਣੀ ਰਿਟਣੀ। ਆਹਾ ਕਿਆ ਉਹ ਬਹੁਤ ਸੋਹਣੀ ਗੱਲਬਾਤ, ਸਾਡੇ ਵੀਰ ਰਾਜਵੀਰ ਜਵੰਦਾ ਬਹੁਤ ਸੋਹਣਾ ਗਾਉਂਦੇ ਨੇ ਮੇਰੇ ਵੀਰ, ਔਰ ਬਹੁਤ ਸੋਹਣਾ ਉਹਨਾਂ ਨੇ ਗਾਇਆ, ਆਈ ਲਾਈਕ ਹਿਮ। ਉਹ ਚਿਕਨੀ ਉਹ ਨਹੀਂ, ਚਿਕਨੀ ਉਹ ਦੂਸਰੀ ਚਿਕਨੀ, ਚਿਕਨੀ ਚਮੇਲੀ ਵੀ ਐਜੂਕੇਟਡ ਨਹੀਂ ਅਪਡੇਟ ਕੀਤੀ ਉਹ ਦੂਸਰੀ ਚਿਕਨੀ ਹੈ ਸੁਖਦੇਵ ਜੀ, ਚਿਕਨੀ ਚਮੇਲੀ ਛੁਪ ਕੇ ਅੱਗੇ ਲਈ ਪਵਾ ਚੜਾ ਕੇ ਉਹ ਵਾਲੀ ਛੁਪ ਕੇ। ਹੈ ਮੈਂ ਤਾਂ ਐਪਲ ਲੱਗਦੇ ਹੋਰ ਹੀ ਨਾ ਬਣ ਜਾ, ਆਲੂ ਬੁਖਾਰਾ ਤੇ ਅੱਗੇ ਹੀ ਹੈ, ਆਲੂ ਬੁਖਾਰਾ ਉਦੋਂ ਬੰਦੀ ਜਦੋਂ ਇਹਨੂੰ ਗੁੱਸਾ ਚੜਦਾ, ਹਾਲਾਂਕਿ ਇਹਨੂੰ ਗੁੱਸਾ ਚੜਦਾ ਨਹੀਂ। ਨਹੀਂ ਐਪਲ ਹੈ, ਨਾਈਸ ਲੇਡੀ ਬਸ, ਨਾਈਸ ਸਿਸਟਰ ਮੇਰੀ ਹੈ। ਵਾਹ ਵਾਹ ਵਾਹ, ਦੇਖੋ ਭੈਣ ਵੀ ਕਿਹਦੀ ਹੈ ਨਾ।
ਦੇਖੋ ਆਪਣੀ ਭੈਣ ਨੂੰ ਕਸ਼ਮੀਰੀ ਸ਼ੇਵ ਕਰੇ ਨਾਣਾ ਚਾਹ ਕਹਿ ਸਕਦੇ ਆ ਕਸ਼ਮੀਰੀ ਨਹੀਂ ਹੁਣ ਆਪਣੇ ਬੱਚਿਆਂ ਨੂੰ ਕਹਿੰਦੇ ਹੁਣ ਚਾਹੇ 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 ਉਹ ਵਾ 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 ਲੈ ਬਈ ਲੈ ਜੋਣੇ ਅੱਜ ਪਹਿਲੀ ਵਾਰੀ ਤੇਰਾ ਦਿਲ ਤੋਂ ਵੈਲਕਮ ਕਰਨ ਨੂੰ ਦਿਲ ਕੀਤਾ ਮੇਰਾ ਥੈਂਕ ਯੂ ਸਰ ਕਰੋ ਕਿ ਜੋਣਾ ਕਰਦੀ ਅੱਜ ਮੈਂ ਕੀ ਇੱਜ਼ਤ ਫੁੱਲ ਕਰਤੀ ਪਾਲੀ ਸਰ ਦੀ ਸ਼ਾਬਾਸ਼ ਸ਼ਾਬਾਸ਼ ਬਾਈ ਪਾਲੀ ਜੀ ਇੱਜ਼ਤ ਕਰੇਗਾ ਪਾਲੀ ਜੀ ਤੇਰੇ ਬੜੇ ਹੀ ਤੇਰਾ ਖਿਆਲ ਰੱਖਦੇ ਨੇ ਮੰਨਿਆ ਕਰ 24 ਘੰਟੇ ਤੇਰਾ ਖਿਆਲ ਰੱਖਦੇ ਨੇ ਅੱਛਾ ਜੀ ਦੇਖ ਲਓ ਜੀ ਮੁੰਡਾ ਚਾਹ ਲੈ ਕੇ ਆਇਆ ਲੱਗਿਆ ਮੈਨੂੰ ਕਿਸੇ ਨੇ ਦੱਸਿਆ ਪਾਲੀ ਜੀ ਤੁਹਾਡੇ ਤੇ ਤਾਂ ਬੜਾ ਖਿਆਲ ਰੱਖਦੇ ਨੇ ਹਾਂ ਤੇ ਜਿਉਣਾ ਜਿੰਦਾਬਾਦ ਜਿਉਣਾ ਜਿੰਦਾਬਾਦ ਮੈਂ ਬਹੁਤ ਬਹੁਤ ਜ਼ਿਆਦਾ ਖਿਆਲ ਰੱਖਦੀ ਮੇਰੀ ਗੋਦੀ 'ਚ ਹੀ ਸੌਂਦਾ ਏ ਬਹੁਤ ਜ਼ਿਆਦਾ ਖਿਆਲ ਰੱਖਿਆ ਮੇਰਾ ਤੇਰੇ ਨਾਲ ਪਾਲੀ ਜੀ ਗੋਦੀ ਸੋਇਆ ਨਾ ਤੁਹਾਨੂੰ ਦੁੱਧ ਪਿਆਣਾ ਪਊਗਾ ਲਿਆ ਕੇ ਬੋਤਲ 'ਚ ਪਾ ਕੇ ਹਾਂਜੀ ਉਹ ਇਹਦੇ ਬੋਤਲ ਹੁੰਦੀ ਹੈ ਇਹਦੇ ਕੋਲ ਇੰਨਾ ਬਦਤਮੀਜ਼ ਆ ਬੋਤਲ ਨਹੀਂ ਇੱਥੋਂ ਛੱਡੇਗਾ ਭਾਵੇਂ ਤਿੰਨ ਚਾਰ ਵੀ ਛਡਾ ਲਓ ਫਿਰ ਚੱਕ ਕੇ ਫੜਾਵੜ ਨਿਪਲ ਮੂੰਹ ਚ ਗਲਾਸ ਚ ਪੀਣਾ ਹੁਣ ਮੈਂ ਹੈ ਗਲਾਸ ਚ ਉਹ ਪੁੱਤਰ ਉਹ ਤੇ ਦਿਨੇ ਪੀਣਾ ਨਾ ਰਾਤ ਨੂੰ ਤਾਂ ਨੀਂਦ ਆਈ ਹੁੰਦੀ ਹੈ ਫਿਰ ਨੀਂਦ ਵੇਲੇ ਵੀ ਤੈਨੂੰ ਭੁੱਖ ਲੱਗਦੀ ਹੈ ਨਹੀਂ ਫਿਰ ਤੂੰ ਨੀਂਦ ਚ ਬੋਤਲ ਫੜ ਲੈਣਾ ਉਹ ਮੈਨੂੰ ਨਹੀਂ ਪਤਾ ਉਦੋਂ ਮੈਂ ਨੀਂਦ ਚ ਹੁੰਦਾ ਆਏ ਹਾਏ ਕਿ ਤੂੰ ਨਾਰਾਜ ਨਾ ਹੋਣਾ ਆਹਾ ਦੋ ਲੈਣਾ ਯਾਦ ਆ ਗਿਆ ਜੇ ਲਵ ਯੂ ਕਵੇ ਤਾਂ ਤੈਨੂੰ ਡੈਡੀਕੇਟ ਕਰ ਦਾਂ ਮੇਰਾ ਪ੍ਰੇਮ ਪੱਤਰ ਪੜ੍ਹ ਕਰ ਕੇ ਤੁਮ ਹੈਰਾਨ ਨਾ ਹੋਣਾ ਕੇ ਤੁਮ ਯਹਾਂ ਗੰਦਗੀ ਹੋ ਤੁਮ ਲੈ ਕੀ ਗੰਦਗੀ ਹੋ ਮੇਰਾ ਪ੍ਰੇਮ ਪੱਤਰ ਪੜ ਕਿਉਂਕਿ ਤੇਰੇ ਕੋਲ ਪੜਿਆ ਨਹੀਂ ਨਾ ਜਾਣਾ ਇਸ ਕਰਕੇ ਤੂੰ ਹੈਰਾਨ ਹੋਏ ਨਾ ਥੈਂਕ ਯੂ ਸਰ ਤੁਸੀਂ ਮੈਨੂੰ ਇੰਨਾ ਵਧੀਆ ਗਾਣਾ ਡੈਡੀਕੇਟ ਕੀਤਾ ਕੀ ਕੀਤਾ ਡੈਡੀਕੇਟ ਤੇਰੇ ਡੈਡੀ ਵੀ ਦੋ ਤਿੰਨ ਗੇਟ 'ਚ ਫੜੇ ਗਏ ਆ ਮੈਂ ਦੇਖੇ ਤੇਰੇ ਡੈਡੀ ਵੀ ਪਰਸੋਂ ਗੇਟੋਂ ਬਾਹਰ ਕੀਤਾ ਸੀ ਤੇਰੀ ਮੰਮੀ ਨੇ ਤੂੰ ਉਹਨਾਂ ਦੇ ਘਰ ਦੇ ਬਾਹਰ ਕੀ ਕਰਦਾ ਓਏ ਮੈਂ ਇੱਥੇ ਹੀ ਰਹਿਣਾ ਹਾਂ ਕਿ ਆਲੂ ਬੁਖਾਰੇ ਲਾਏ ਹੁੰਦੇ ਬਾਹਰ ਇੱਦੀ ਕਰਦੇ ਡੈਡੀ ਸਾਡੇ ਘਰੋਂ ਬਾਹਰ ਹੋ ਜਾਂਦੇ ਬਾਜੀ ਤੁਹਾਡੇ ਉੱਤੇ ਪਤਾ ਨਹੀਂ ਕੀ ਕਰਨ ਜਾਂਦੇ ਆ ਓਏ ਨਹੀਂ ਫਿਰ ਤੁਸੀਂ ਕੀ ਆਸਰਾ ਦਿੰਦੇ ਉਹਨਾਂ ਨੂੰ ਫਿਰ ਨਹੀਂ ਕੀ ਹੁਣ ਗੱਲ ਹੋਰ ਆਈ ਕਿਹੜੀ ਹੋਰ ਆ ਮੈਨੂੰ ਦੱਸ ਨਾ ਕਲੀਅਰ ਕਰ ਮੈਂ ਕਲੀਅਰ ਕਰ ਨਹੀਂ ਸਕਦਾ ਉਹ ਕਹਿੰਦੀ ਜੇ ਮੇਰੇ ਮੰਮੀ ਕੱਢ ਦਿੰਦੇ ਹੋ ਤੁਹਾਡੇ ਤੁਸੀਂ ਫਿਰ ਉਹਨਾਂ ਨੂੰ ਰਾਤ ਨੂੰ ਪਨਾਹ ਦਿਓਗੇ ਤੇ ਫਿਰ ਅਗਲੇ ਦਾ ਬੰਦੇ ਦਾ ਹੱਥ ਬਣਦੀ ਆ ਆਪਣੇ ਪੈਸੇ ਖਰਚ ਕੇ ਲਿਆ ਜੇ ਪੁੱਤਰ ਆਪਣੇ ਪੈਸੇ ਚੋ ਲੈਣ ਦਾ ਤੇ ਕੀ ਜਾਣਾ ਸੀ ਤੇਰਾ ਕਿਉਂ ਮੈਂ ਕਿਉਂ ਲਿਆਂਦਾ ਆਪਣੇ ਪੈਸਿਆਂ ਦੇ ਸਵਾਲ ਕਰ ਰਿਹਾ ਤੁਹਾਨੂੰ ਦੇਖੋ ਅਫਸਰ ਨੂੰ ਸਵਾਲ ਕਰ ਰਿਹਾ ਨਹੀਂ ਤੁਸੀਂ ਆਪ ਸਿਆਣੇ ਹੋਣੇ ਚਾਹੀਦੇ ਹੋ ਜੀ ਮੇਰੇ ਕੋਲ ਪੈਸੇ ਕਿੱਥੋਂ ਆਏ ਪੁੱਤਰ ਮੈਂ ਆਪ ਸਿਆਣਾ ਹੀ ਆ ਤੂੰ ਆਪਣਾ ਦੇਖ ਇਹ ਕਿਹੜੀ ਗੱਲ ਕੀਤੀ ਹੈ ਤੂੰ ਮਤਲਬ ਤੂੰ ਨਹੀਂ ਲਿਆ ਸਕਦਾ ਮੈਨੂੰ ਆ ਕੇ ਬਿੱਲ ਦੱਸਤਾ ਤੇ ਛਾਣ ਕਿਹੜੀ ਗੱਲ ਦਾ ਡਿਆ ਸੀ ਫਿਰ ਕਿ ਮੈਂ ਚਾਹ ਲੈਣ ਦਾ ਹੀ ਸੇਵਾ ਕਰ ਸੇਵਾ ਕਰੀ ਹੈ ਫਿਰ ਇਹ ਚ ਫੜਾਉਣ ਦੀ ਸੇਵਾ ਹੀ ਮੈਂ ਫੜਾਵਾਂ ਤੈਨੂੰ ਵਰਤਾਨ ਚਾਹ ਫੜਾਉਣ ਦੀ ਹੀ ਸੇਵਾ ਮੈਂ ਫੜਾ ਦਿੰਦਾ ਫੜਾਵਾਂ ਲੈ ਫੜ ਮੈਂ ਨਹੀਂ ਲੈ ਤੂੰ ਆਪਣੀ ਸੇਵਾ ਆਪਣੇ ਕੋਲ ਹੀ ਰੱਖ ਮੈਂ ਪੀਣ ਦਾ ਜੀ ਨਹੀਂ ਕਰ ਰਿਹਾ ਹਾਂ ਜਦੋਂ 4G ਦੀ ਸਪੀਡ ਨਾਲ ਪਟੇ ਪਏ ਨਾ ਹਰ ਚੀਜ਼ ਨੂੰ ਜੀ ਕਰਨਾ ਤੇਰਾ ਫਿਰ ਅੱਜ ਕੱਲ ਮੇਰਾ ਜੀ ਛੱਡ HDFE ਸਭ ਕੁਝ ਕਰਨਾ ਤੇਰਾ ਹਾਂ ਸਿਰ ਖਾਣ ਨੂੰ ਵੀ ਜੀ ਕਰਨਾ ਫਿਰ ਮੈਂ ਕਹੇ ਦਾ ਕੀ ਸਿਰ ਜੁੱਤੀਆਂ ਉਹ ਜੁੱਤੀਆਂ ਅੱਜ ਕੱਲ ਬੰਦ ਕਰਤੀਆਂ ਉਹਨੇ ਪੱਟੇ ਸਿਰ ਪੱਟੇ ਤੇ ਚੱਲਦੇ ਹੀ ਅੱਗੇ ਵੀ ਪੱਟੇ ਵੀ ਗ੍ਰੇਵੀ ਵਾਲੇ ਖਾਂਦਾ ਸਿਰਫ ਓਏ ਜੀ ਮੇਰੀ ਗੱਲ ਸੁਣ ਕਿੰਨੀਆਂ ਸੁਣਾਈ ਮਤਲਬ ਪੁੱਤਰ ਇੱਕ ਸੁਣ ਜੇ ਉਹ ਜਰੀ ਜਾਏਗੀ ਤੇ ਠੀਕ ਨਹੀਂ ਤੇ ਮਰਜੀ ਇੱਥੇ ਕਿਉਂ ਇਹੋ ਜਿਹੀ ਗੱਲਾਂ ਕਰਨਾ ਨਾ ਓਏ ਮਤਲਬ ਮੈਂ ਗੱਲਾਂ ਮਤਲਬ ਕਿੰਨੇ ਟਾਈਮ ਤੋਂ ਸੁਣੀ ਜਾ ਰਿਹਾ ਮਤਲਬ ਤੇ ਫਿਰ ਕਹਿ ਕੇ ਮੈਡਮ ਨੂੰ ਛੁੱਟੀ ਕਰਵਾ ਦੇਣਾ ਤੇਰੀ ਇਥੋਂ ਤੂੰ ਵੀ ਕੋ ਮੈਂ ਕਰਵਾ ਦੇ ਤੈਨੂੰ ਇਥੋਂ ਕਿਹੜੇ ਮੈਡਮ ਜੀ ਨੂੰ ਮਤਲਬ ਮੈਡਮ ਜੀ ਦਾ ਉਹ ਓਏ ਮੈਡਮ ਨਹੀਂ DIG ਮੈਡਮ ਜਿਹੜੇ ਸਭ ਤੋਂ ਵੱਡੇ ਆ ਨਹੀਂ ਹੈ ਨਹੀਂ ਪੁੱਤਰ 102.3.8 ਮੈਗਾ ਹਰਟ ਸਰਗਾ ਮੂੰਹ ਆ ਤੇਰਾ ਬਹੁਤ ਪੈਣਾ ਮਤਲਬ ਇਹ ਕਰੰਟ ਆ ਕੀ ਹੈ ਜੀ ਮਤਲਬ ਇਹ ਪੁੱਤਰ ਮੈਗਾ ਹਰਟ ਸੁਣਦੇ ਜੀ ਤੇ ਰੇਡੀਓ ਨਹੀਂ ਫੜਿਆ ਜਾਂਦੇ ਜਿੱਦਾਂ ਤੂੰ ਫੜਿਆ ਜਾਂਦਾ ਚੌਥੇ ਪੰਜਵੇਂ ਦਿਨ ਜੀ ਜੇ ਤੈਨੂੰ ਔਖਾ ਲੱਗਾ 98.3 ਮੈਗਾ ਹਰਟ ਸਰਗਾ ਮੂੰਹ ਆ ਤੇਰਾ ਹੁਣ ਠੀਕ ਆ ਜਦੋਂ ਆਵਾਜ਼ ਫਟ ਫਟ ਕੇ ਆਉਣ ਲੱਗ ਪਈ
ਇਦਾਂ ਦੀ ਵਾਰ ਉਦਾਂ ਦਾ ਮੂੰਹ ਤੇ ਤੂੰ ਕਰਕੇ ਨਾ ਦੱਸ ਤੇਰੀ ਆਟੋਮੈਟਿਕਲੀ ਪਤਾ ਲੱਗ ਜਾਣਾ ਥੋੜੀ ਦੇਰ ਦੇ ਵਿੱਚ ਤੂੰ ਗਾਣਾ ਮੈਡਮ ਮੈਡਮ ਦਾ ਮਤਲਬ ਮੱਝ ਵਾਲਾ ਮੂੰਹ ਦੱਸਾਂ ਜੀ ਫਿਰ ਮੱਝ ਵਾਲਾ ਮੂੰਹ ਅੱਜ ਵਾਲਾ ਮੂੰਹ ਦੱਸਾਂ ਜੀ ਤੂੰ ਪਹਿਲਾਂ ਕਹਿੰਦਾ ਮੈਡਮ ਦਾ ਮੱਝ ਵਾਲਾ ਮੂੰਹ ਦੱਸਾਂ ਹਾਂ ਗਾਣਾ ਜੀ ਦੱਸਾਂ ਮੂੰਹ ਦੀ ਅੱਜ ਦਾ ਕੀ ਮੂੰਹ ਆ ਪੁੱਤਰ ਅੱਜ ਦਾ ਵਿਚਾਰ ਸੁਣਿਆ ਮੈਂ ਅੱਜ ਦਾ ਮੁੱਦਾ ਵੀ ਸੁਣਿਆ ਅੱਜ ਦਾ ਮੁੱਦਾ ਵੀ ਦੇਖਿਆ ਮੈਂ ਅੱਜ ਦਾ ਅਨਮੋਲ ਵਚਨ ਵੀ ਦੇਖਿਆ ਅੱਜ ਦਾ ਮੂੰਹ ਕੀ ਹੋਇਆ ਅੱਜ ਦੀ ਸ਼ਕਲ ਕਿੱਦਾਂ ਦੀ ਹੈ ਪਿੰਡਾਂ 'ਚ ਉਹ ਨਹੀਂ ਹੁੰਦੇ ਮੇਮਣੇ ਨਹੀਂ ਮੇਮਣੇ ਛੋਟੇ ਆਈ ਹਾਂ ਉਹ ਜਦੋਂ ਕਰਦੇ ਆਈ ਉਹਦੇ ਵਰਗ ਹੈ ਜੀ ਕੀ ਕਰਦੇ ਹੋ ਦੱਸਦੇ ਸੀ ਉਹ ਸਾਹਿਬ ਜੀ ਪਤਾ ਲੱਗ ਗਿਆ ਸਾਹਿਬ ਜੀ ਮੈਨੂੰ ਲੱਗ ਗਿਆ ਪਤਾ ਉਹ ਉਹ ਮੈਂ ਸਮਝ ਗਿਆ ਗੋਲ ਗੋਲ ਜਿਹੇ ਹੁੰਦੇ ਸੀ ਉਹ ਜਿਹੜੇ ਇਹਦੇ ਤੇ ਡਿੱਡੇ ਨਹੀਂ ਹੁੰਦੇ ਹਾਂਜੀ ਉਹ ਤਾਂ ਫਿਰ ਇਹਦੇ ਵਰਗੇ ਹੋਏ ਨਾ ਤੇਰੇ ਉਹ ਹੁੰਦੇ ਜਦੋਂ ਕਬਜ਼ ਹੋਈ ਹੋਵੇ ਉਹਨੂੰ ਉਦੋਂ ਇਹਦੇ ਡਿੱਡੇ ਹੋ ਜਾਂਦੇ ਓਏ ਤੂੰ ਕੀ ਗੰਦ ਪਾਉਣ ਆ ਗਿਆ ਹੈਂ ਤੈਨੂੰ ਛੱਡਾ ਅੱਜ ਬੱਕਰੀਆਂ ਦੇ ਛੱਡਣੀ ਬੱਕਰੀਆਂ ਦੇ ਤੈਨੂੰ ਉਹਦੇ ਤੇ ਛੱਡਣਾ ਮੈਂ ਵਾੜੇ 'ਚ ਕਿਉਂ ਜੀ ਨਾ ਲਓ ਲੁਹਾਣ ਹੋ ਕੇ ਨਿਕਲਿਆ ਤੇ ਜੋ ਮਰਜ਼ੀ ਕਹੀਂ ਸਿੰਘ ਮਾਰ ਮਾਰ ਕੇ ਮੱਥਾ ਪਾੜ ਦੇਣਾ ਉਹਨਾਂ ਤੇਰਾ ਤੇ ਤੂੰ ਹੈ ਵੀ ਉਹਨਾਂ ਜਿੱਡਾ ਆਹੋ ਉਹਨਾਂ ਨੇ ਕਹਿਣਾ ਸਾਡੇ ਜਮੀਨ ਜਮੀਨ 'ਚ ਸਭ ਆਉਣਾ ਗਿਆ ਹਾਂ ਉਹਨਾਂ ਕਹਿਣਾ ਮੈਂ ਤੇ ਇੰਨੇ ਬੱਕਰੇ ਹੋਣੇ ਤੈਨੂੰ ਪਤਾ ਨਹੀਂ ਲੱਗਣਾ ਵਾਰੀ ਕਿਹਦੀ ਹੈ ਸਾਰਿਆਂ ਨੇ ਇੱਕ ਨੇ ਕਹਿਣਾ ਮੈਂ ਐਂ ਚੱਲੀ ਜਾਣਾ ਸਰਕਲ